ਸਾਡਾ ਚੈਨਲ ਵੇਖਣ ਵਾਲੇ ਸਾਰੇ ਵੀਰਾਂ ਭੈਣਾਂ ਨੂੰ ਸਾਡੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਤੁਹਾਡੇ ਲਈ ਨਿਊ ਅੰਮ੍ਰਿਤਸਰ ਦੇ ਅੰਦਰ 100 ਸਕਰ ਯਾਰਡ ਦੀ 3 ਬੀ ਐਚ ਕੇ ਬਿਲਕੁਲ ਬ੍ਰਾਂਡ ਨਿਊ ਕੋਠੀ ਲੈ ਕੇ ਆਏ ਆਗੇ ਹਾਂ 45 ਫੁੱਟ ਦੀ ਰੋਡ ਤੇ ਇਹ ਕੋਠੀ ਲੋਕੇਟਿਡ ਹੈ ਜੀ ਬਿਲਕੁਲ ਬ੍ਰਾਂਡ ਨਿਊ ਕੋਠੀ ਤਿਆਰ ਕੀਤੀ ਗਈ ਹੈ ਜੀ ਕਾਫੀ ਅੱਛਾ ਇਸ ਕੋਠੀ ਦੇ ਅੰਦਰ ਮਟੀਰੀਅਲ ਯੂਜ਼ ਕੀਤਾ ਗਿਆ ਹੈਗਾ ਬਹੁਤ ਹੀ ਸੋਹਣਾ ਇਸ ਕੋਠੀ ਦਾ ਲੇਆਉਟ ਤਿਆਰ ਕੀਤਾ ਗਿਆ ਹੈਗਾ ਔਰ ਕਾਫੀ ਅੱਛੀ ਵੱਡੀ ਕੋਠੀ ਹੈਗੀ ਜੀ ਨਿਊ ਅੰਮ੍ਰਿਤਸਰ ਜੀਟੀ ਰੋਡ ਦੇ ਉੱਪਰ ਲੋਕੇਟਿਡ ਹੈਗਾ ਜੇ ਇੰਪ ਹਰ ਇੱਕ ਤਰ੍ਹਾਂ ਦੀ ਫੈਸਿਲਿਟੀ ਆਪ ਜੀ ਨੂੰ ਇਸੀ ਕਲੋਨੀ ਦੇ ਅੰਦਰ ਮਿਲੇਗੀ ਅੰਮ੍ਰਿਤਸਰ ਦੀ ਕਾਫੀ ਅੱਛੀ ਸੋਸਾਇਟੀ ਹੈ ਔਰ ਕਾਫੀ ਅੱਛੀ ਪੌਸ਼ ਹੈ ਸੋਸਾਇਟੀ ਹੈ ਜੀ ਇਹਦੇ ਅੰਦਰ ਅੱਜ ਅਸੀਂ ਤੁਹਾਡੇ ਲਈ ਆਪਸ਼ਨ ਲੈ ਕੇ ਆਏ ਹੈਗੇ ਆ ਬਹੁਤ ਹੀ ਸੋਹਣਾ ਇਹ ਘਰ ਹੈਗਾ ਜੀ ਆਓ ਆਪ ਜੀ ਨੂੰ ਇਸ ਘਰ ਦਾ ਫਰੰਟ ਅਲੋਕੇਸ਼ਨ ਚੈੱਕ ਕਰਵਾਨੇ ਆ ਇਹਦਾ ਫਰੰਟ 20 ਫੁੱਟ ਹੈਗਾ ਜੀ ਔਰ ਇਹਦੀ ਲੰਬਾਈ 45 ਫੁੱਟ ਹੈ ਜੀ 45 ਫੁੱਟ ਰੋਡ ਦੇ ਉੱਪਰ ਇਹ ਲੋਕੇਟਿਡ ਹੈਗੀ ਹੈ ਘਰ ਦੇ ਬਾਹਰ ਤੁਸੀਂ ਦੇਖੋਗੇ ਆਪ ਜੀ ਨੂੰ ਗ੍ਰੀਨ ਏਰੀਆ ਮਿਲੇਗਾ ਆਓ ਆਪ ਜੀ ਨੂੰ ਘਰ ਅੰਦਰੋਂ ਚੈੱਕ ਕਰਵਾਨੇ ਆ ਘਰ ਦੀ ਐਂਟਰੈਂਸ ਤੇ 9 ਫੁੱਟ ਦਾ ਗੇਟ ਲਾਇਆ ਗਿਆ ਹੈ ਘਰ ਦੇ ਅੰਦਰ ਕਾਰ ਪਾਰਕਿੰਗ ਦੀ ਸਪੇਸ ਦਿੱਤੀ ਗਈ ਹੈ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਫਰੰਟ ਦੀ ਸਾਈਡ ਤੋਂ ਹੀ ਦੇਖੋਗੇ ਤੇ ਕਾਫੀ ਅੱਛੀ ਸਿਟਿੰਗ ਏਰੀਆ ਆਪ ਜੀ ਨੂੰ ਬਣਾ ਕੇ ਦਿੱਤਾ ਗਿਆ ਹੈਗਾ ਇਹਦੇ ਨਾਲ ਹੀ ਆਪ ਜੀ ਨੂੰ ਗਾਰਡਨ ਏਰੀਆ ਵੀ ਦਿੱਤਾ ਜਾ ਰਿਹਾ ਹੈ ਔਰ ਪੂਰਾ জাল ਲਾ ਕੇ ਇਹਨੂੰ ਕਵਰ ਕੀਤਾ ਗਿਆ ਹੈਗਾ ਬਹੁਤ ਹੀ ਅੱਛੇ ਤਰੀਕੇ ਨਾਲ ਪੂਰਾ ਘਰ ਤਿਆਰ ਕੀਤਾ ਗਿਆ ਹੈਗਾ ਇੱਥੇ ਤੁਸੀਂ ਆਪਣਾ ਬੜੇ ਆਰਾਮ ਨਾਲ ਗੱਡੀ ਪਾਰਕ ਕਰ ਸਕਦੇ ਹੋ ਆਓ ਆਪ ਜੀ ਨੂੰ ਘਰ ਅੰਦਰੋਂ ਚੈੱਕ ਕਰਵਾਨੇ ਹੈਗੇ ਆਂ ਕਾਰ ਦੇ ਅੰਦਰ 8 ਫੁੱਟ ਦੇ ਚੌਕੜ ਦਰਵਾਜ਼ੇ ਲਾਏ ਗਏ ਨੇ ਵਿਨੀਅਰ ਲਾ ਕੇ ਇਹਨਾਂ ਨੂੰ ਪੀਯੂ ਪਾਲਿਸ਼ ਕੀਤਾ ਗਿਆ ਹੈਗਾ ਕਾਫੀ ਅੱਛੀ ਡਿਟੇਲਿੰਗ ਨਾਲ ਪੂਰਾ ਘਰ ਤਿਆਰ ਕੀਤਾ ਗਿਆ ਹੈਗਾ ਕਾਰ ਦੇ ਅੰਦਰ ਰੈਂਡਰ ਕਾਰ ਦੇ ਸਭ ਤੋਂ ਪਹਿਲਾਂ ਲੌਬੀ ਏਰੀਆ ਹੈਗਾ ਪੂਰੇ ਘਰ ਦੇ ਅੰਦਰ ਤੁਸੀਂ ਦੇਖੋਗੇ ਤਾਂ ਬਹੁਤ ਹੀ ਸੋਹਣੀ ਮੈਟਰੀਫਾਈਡ ਟਾਈਲ ਲਾਈ ਗਈ ਹੈਗੀ ਜੇ ਕਾਫੀ ਅੱਛੇ ਵੱਡੇ ਸਾਈਜ਼ ਦੀ ਟਾਈਲ ਹੈਗੀ ਏ ਲੌਬੀ ਦੇ ਅੰਦਰ ਪ੍ਰੋਪਰ ਡਾਊਨ ਸੀਲਿੰਗ ਦਾ ਕੰਮ ਕੀਤਾ ਗਿਆ ਕੰਸੀਲ ਲਾਈਟ ਲਾਈ ਗਈ ਹੈਗੀ ਏ ਲੌਬੀ ਦੇ ਅੰਦਰ ਜਿਹੜੀ ਫਲੋਰਿੰਗ ਹੈਗੀ ਉਹ ਆਨੈਕਸ ਮਾਰਬਲ ਦੀ ਹੈਗੀ ਜੇ ਸਾਹਮਣੇ ਦੇਖੋ ਲੌਬੀ ਤੋਂ ਸਟ ਕਾਫੀ ਅੱਛੀ ਵੱਡੀ ਸਪੇਸ ਹੈਗੀ ਬੜੇ ਆਰਾਮ ਦੇ ਨਾਲ ਇੱਥੇ ਤੁਸੀਂ ਆਪਣਾ ਪੂਰਾ ਫਰਨੀਚਰ ਸੈਟਅਪ ਕਰ ਸਕਦੇ ਹੈਗੇ ਹੋ ਲੌਬੀ ਤੋਂ ਆਪੋਜੀਟ ਕਿਚਨ ਦੀ ਸਪੇਸ ਦਿੱਤੀ ਗਈ ਆਪ ਜੀ ਨੂੰ ਕਿਚਨ ਚੈੱਕ ਕਰਵਾਈਏ ਕਾਫੀ ਅੱਛੇ ਵੱਡੇ ਸਾਈਜ਼ ਦਾ ਕਿਚਨ ਬਣਾਇਆ ਗਿਆ ਹੈਗਾ ਜੀ ਬੋਥ ਸਾਈਡ ਕਾਊਂਟਰ ਬਣਾਇਆ ਗਿਆ ਹੈਗੇ ਨੇ ਰੋਸ਼ਨੀ ਵੈਂਟੀਲੇਸ਼ਨ ਲਈ ਕਾਫੀ ਵੱਡੀ ਵਿੰਡੋ ਦਿੱਤੀ ਗਈ ਹੈਗੀ ਹੈ ਆਪ ਜੀ ਨੂੰ ਪੂਰਾ ਲੱਕੜ ਦਾ ਕੰਮ ਕਰਕੇ ਦਿੱਤਾ ਜਾ ਰਿਹਾ ਇਹਦੇ ਅੰਦਰ ਇਨੋਟੈਕ ਪੂਰੀ ਫਿਟਿੰਗ ਲਗਾਈ ਗਈ ਹੈਗੀ ਹੈ ਬ੍ਰਾਂਡਡ ਕੰਪਨੀ ਦੀ ਫਿਟਿੰਗ ਹੈਗੀ ਜੀ ਡਬਲ ਬੋਲ ਦਾ ਸਿੰਕ ਲਾਇਆ ਗਿਆ ਹੈਗਾ ਜੇ ਇਸ ਤੋਂ ਇਲਾਵਾ ਤੁਸੀਂ ਦੇਖੋ ਫ੍ਰਿਜ ਦੀ ਕਾਫੀ ਅੱਛੀ ਵੱਡੀ ਕਿਚਨ ਹੈਗੀ ਏ ਲੌਬੀ ਏਰੀਆ ਦੇ ਅੰਦਰ ਤੁਸੀਂ ਬੜੇ ਆਰਾਮ ਦੇ ਨਾਲ ਆਪਣਾ ਪੂਰਾ ਫਰਨੀਚਰ ਸੈੱਟ ਕਰ ਸਕਦੇ ਹੋ ਆਓ ਆਪ ਜੀ ਨੂੰ ਮਾਸਟਰ ਬੈਡਰੂਮ ਚੈੱਕ ਕਰਵਾਣੇ ਹੈ ਗਰਾਉਂਡ ਫਲੋਰ ਦਾ ਕਾਫੀ ਅੱਛੇ ਵੱਡੇ ਸਾਈਜ਼ ਦਾ ਆ ਵੀ ਰੂਮ ਤਿਆਰ ਕੀਤਾ ਗਿਆ ਰੋਸ਼ਨੀ ਵੈਂਟੀਲੇਸ਼ਨ ਲਈ ਵਿੰਡੋ ਦਿੱਤੀ ਗਈ ਹੈਗੀ ਏ ਬਹੁਤ ਹੀ ਸੋਹਣੀ ਫਲੋਰਿੰਗ ਦਾ ਕੰਮ ਕੀਤਾ ਗਿਆ ਡਾਊਨ ਸੀਲਿੰਗ ਦਾ ਕੰਮ ਹੈਗਾ ਕਮਰੇ ਦੇ ਅੰਦਰ ਸਪਲਿਟ ਏਸੀ ਦੀ ਵਾਇਰਿੰਗ ਆਪ ਜੀ ਨੂੰ ਕਰਕੇ ਦਿੱਤੀ ਜਾ ਰਹੀ ਹੈਗੀ ਏ ਕਾਫੀ ਅੱਛੇ ਵੱਡੇ ਸਾਈਜ਼ ਦਾ ਰੂਮ ਹੈਗਾ ਜੇ ਇਸ ਤੋਂ ਇਲਾਵਾ ਤੁਸੀਂ ਰੂਮ ਦੇ ਅੰਦਰ ਦੇਖੋਗੇ ਤਾਂ ਇੱਕ ਕਟਾਊਟ ਆਬ ਨੂੰ ਬਣਾ ਕੇ ਦਿੱਤਾ ਜਾ ਰਿਹਾ ਹੈ ਇਹਦੇ ਅੰਦਰ ਤੁਸੀਂ ਫੁੱਲ ਆਪਣੀ ਹਾਈਟ ਦੀ ਵਾਰਡਰੋਬ ਤਿਆਰ ਕਰਵਾ ਸਕਦੇ ਹੋ ਬੜੇ ਆਰਾਮ ਦੇ ਨਾਲ ਇਹਦੇ ਅੰਦਰ ਤੁਸੀਂ ਆਪਣਾ ਡਬਲ ਬੈੱਡ ਸਾਈਡ ਟੇਬਲ ਅਲਮਾਰੀ ਔਰ ਸਾਹਮਣੇ ਟੀਵੀ ਪੈਨਲ ਬਣਵਾ ਸਕਦੇ ਹੋ ਇਸ ਤੋਂ ਇਲਾਵਾ ਜਿਹੜਾ ਵਿੰਡੋ ਦੇਖ ਰਹੇ ਹੋ ਇਹਦੇ ਪਿੱਛੇ ਡਕਟ ਦੀ ਸਪੇਸ ਦਿੱਤੀ ਗਈ ਹੈ ਇਸ ਏਰੀਆ ਨੂੰ ਵੀ ਤੁਸੀਂ ਆਪਣਾ ਡੈਕੋਰੇਟਿਡ ਹਾਈਲਾਈਟ ਏਰੀਆ ਬਣਾ ਸਕਦੇ ਹੋ ਟਾਈਲ ਲਾ ਕੇ ਇਹਨੂੰ ਕਾਫੀ ਅੱਛੇ ਤਰੀਕੇ ਨਾਲ ਟ੍ਰੀਟ ਕੀਤਾ ਗਿਆ ਹੈਗਾ ਇਸ ਤੋਂ ਇਲਾਵਾ ਇਸ ਕਮਰੇ ਦੇ ਨਾਲ ਅਟੈਚਡ ਡਰੈਸਰ ਏਰੀਆ ਹੈ ਅਗਰ ਬਾਥਰੂਮ ਆਓ ਆਪ ਜੀ ਨੂੰ ਵੀ ਚੈੱਕ ਕਰਵਾਣੇ ਹੈ ਡレッਸਰ ਏਰੀਆ ਦੇ ਅੰਦਰ ਵੀ ਤੁਸੀਂ ਆਪਣੀ ਅਲਮਾਰੀ ਤਿਆਰ ਕਰਵਾ ਸਕਦੇ ਹੈਗੇਓ ਇਹਦੇ ਨਾਲ ਹੀ ਕਾਫੀ ਸੋਹਣਾ ਵੱਡਾ ਬਾਥਰੂਮ ਦਿੱਤਾ ਗਿਆ ਹੈਗਾ ਜੀ ਬਾਥਰੂਮ ਦੇ ਅੰਦਰ ਦੇਖੋ ਡਾਰਕ ਬ੍ਰਾਊਨ ਔਰ ਕਰੀਮ ਕਲਰ ਦੀ ਟਾਈਲਾਂ ਦਾ ਯੂਜ਼ ਕੀਤਾ ਗਿਆ ਹੈਗਾ ਔਰ ਪੂਰੀ ਬ੍ਰਾਂਡਡ ਕੰਪਨੀ ਦੀ ਸੈਨੀਟਰੀ ਫਿਟਿੰਗ ਆਪ ਜੀ ਨੂੰ ਲਾ ਕੇ ਦਿੱਤੀ ਜਾ ਰਹੀ ਹੈਗੀ ਏ ਬਾਥਰੂਮ ਦੇ ਅੰਦਰ ਬਹੁਤ ਹੀ ਸੋਹਣੀ ਵੈਗਨਿਟੀ ਲਾਈ ਗਈ ਹੈਗੀ ਏ ਡਾਇਵਟਰ ਫਿਟਿੰਗ ਲਾਈ ਗਈ ਹੈਗੀ ਕਾਫੀ ਅੱਛੇ ਵੱਡੇ ਸਾਈਜ਼ ਦਾ ਆ ਬਾਥਰੂਮ ਹੈਗਾ ਰੋਸ਼ਨੀ ਵੈਂਟੀਲੇਸ਼ਨ ਲਈ ਰੋਸ਼ਨਦਾਨ ਦਿੱਤਾ ਗਿਆ ਹੈਗਾ ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਦਿੱਤੀ ਇਨਫੋਰਮੇਸ਼ਨ ਆਪ ਜੀ ਨੂੰ ਕ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਨਲੌਕ ਸੁਪਰ ਪ੍ਰਾਪਰਟੀ ਬੈਲ ਆਈਕਨ ਨੂੰ ਪ੍ਰੈਸ ਕਰੋ ਲਾਈਕ ਐਂਡ ਸ਼ੇਅਰ ਕਰੋ ਕਿਉਂਕਿ ਇਸੇ ਤਰ੍ਹਾਂ ਦੀ ਇਨਫੋਰਮੇਸ਼ਨ ਵੀਡੀਓ ਅਸੀਂ ਆਪਣੇ ਕਲੈਂਟ ਲਈ ਲੈ ਕੇ ਆਉਂਦੇ ਰਹੇ ਨੇ ਔਰ ਅੱਛੇ ਤੋਂ ਅੱਛੇ ਨਵੇਂ ਘਰ ਉਹਨਾਂ ਲਈ ਅਸੀਂ ਲੈ ਕੇ ਆਣੇ ਹੈਗੇ ਆ ਤਾਂ ਕਿ ਉਹ ਅੱਛੀ ਤੋਂ ਅੱਛੀ ਚੁਆਇਸ ਪ੍ਰਾਪਤ ਕਰ ਸਕਣ ਸਾਡਾ ਚੈਨਲ YouTube ਔਰ Facebook ਦੋਨੋਂ ਜਗ੍ਹਾ ਹੈ ਪਲੀਜ਼ ਲਾਈਕ ਐਂਡ ਫਾਲੋ ਕਰੋ ਫਰਸਟ ਫਲੋਰ ਤੇ ਐਂਟਰ ਕਰਦੇ ਸਭ ਤੋਂ ਪਹਿਲਾਂ ਦੇਖੋ ਕਾਫੀ ਵੱਡੀ ਲੌਬੀ ਦੀ ਸਪੇਸ ਦਿੱਤੀ ਗਈ ਹੈਗੀ ਏ ਪੂਰੇ ਘਰ ਦੇ ਅੰਦਰ ਤੁਸੀਂ ਦੇਖੋਗੇ ਤੇ ਪ੍ਰੋਪਰ ਡਾਊਨ ਸੀਲਿੰਗ ਦਾ ਕ ਔਰ ਕਾਫੀ ਸਿੰਪਲ ਸੋਬਰ ਕਲਰ ਦੇ ਨਾਲ ਪੂਰੇ ਘਰ ਨੂੰ ਡੈਕੋਰੇਟ ਕੀਤਾ ਗਿਆ ਹੈਗਾ ਦਰਵਾਜਿਆਂ ਦੇ ਉਹ ਚੁਕਟਾਂ ਦੇ ਦੇਖੋਗੇ ਤੇ ਪਾਲਿਸ਼ ਦਾ ਕੰਮ ਕੀਤਾ ਗਿਆ ਹੈਗਾ ਲੌਬੀ ਤੋਂ ਹੀ ਕੰਟੀਨਿਊ ਸਟੇਅ ਕੇ ਸੁਪਰ ਟਾਪ ਟਰੈਸ ਲਈ ਜਾ ਰਹੀ ਹੈਗੀ ਇਹ ਪ੍ਰੋਪਰ ਸਟੀਲ ਦੀ ਰੇਲਿੰਗ ਲਾ ਕੇ ਇਹਨੂੰ ਕਵਰ ਕੀਤਾ ਗਿਆ ਹੈਗਾ ਆਪ ਜੀ ਨੂੰ ਫਰੰਟ ਦਾ ਬੈਡਰੂਮ ਚੈੱਕ ਕਰਵਾਨੇ ਹੈਗੇ ਆ ਪੂਰੇ ਘਰ ਦੇ ਅੰਦਰ ਤੁਸੀਂ ਦੇਖੋਗੇ ਤੇ ਕਾਫੀ ਅੱਛੇ ਵੱਡੇ ਸਾਈਜ਼ ਦੇ ਸਾਰੇ ਬੈਡਰੂਮ ਤਿਆਰ ਕੀਤੇ ਗਏ ਹੈਗੇ ਨੇ ਆਪ ਜੀ ਨੂੰ ਮੈ ਫੀਲ ਹੀ ਨਹੀਂ ਹੋਗਾ ਕਿ ਇਹ 100 ਗਜ ਦੀ ਕੋਠੀ ਹੈ ਆਪ ਜੀ ਨੂੰ ਲੱਗੇਗਾ ਕਿ ਇਹ ਘਟੋ ਘਟ 125 ਗਜ ਦੀ ਕੋਠੀ ਹੈ ਜੀ ਰੂਮ ਦੇ ਅੰਦਰ ਵੀ ਰੋਸ਼ਨੀ ਵੈਂਟੀਲੇਸ਼ਨ ਲਈ ਕਾਫੀ ਵੱਡੀ ਵਿੰਡੋ ਦਿੱਤੀ ਗਈ ਹੈ ਇੱਕ ਰਾ ਬਾਲਕਨੀ ਨੂੰ ਜਾਂਦਾ ਹੈ ਔਰ ਅਟੈਚ ਬਾਥਰੂਮ ਇਸ ਰੂਮ ਦੇ ਨਾਲ ਦਿੱਤਾ ਗਿਆ ਹੈਗਾ ਬੜੇ ਆਰਾਮ ਨਾਲ ਤੁਸੀਂ ਇਹ ਦੇ ਅੰਦਰ ਪੂਰਾ ਆਪਣਾ ਫਰਨੀਚਰ ਸੈੱਟ ਕਰ ਸਕਦੇ ਹੈਗੇ ਹੋ ਆਓ ਆਪ ਜੀ ਨੂੰ ਬਾਥਰੂਮ ਏਰੀਆ ਵੀ ਚੈੱਕ ਕਰਵਾਈਏ ਕਾਫੀ ਅੱਛੇ ਡਿਜ਼ਾਈਨ ਹੈ ਸਾਰੇ ਬਾਥਰੂਮ ਤਿਆਰ ਕੀਤੇ ਗਏ ਨੇ ਔਰ ਸਾਰੇ ਅਲੱਗ-ਅਲੱਗ ਥੀਮ ਤੇ ਤਿਆਰ ਕੀਤੇ ਗਏ ਹੈਗੇ ਨੇ ਇਹਦੇ ਅੰਦਰ ਦੇਖੋ ਬਹੁਤ ਹੀ ਸੋਹਣੀ ਵੈਨਿਟੀ ਲਾਈ ਗਈ ਹੈਗੀ ਏ ਕਾਫੀ ਸੋਹਣੀ ਡਿਜ਼ਾਈਨ ਹੈ ਟਾਇਲ ਲਾਈ ਗਈ ਹੈਗੀ ਡਾਇਵਟਰ ਫਿਟਿੰਗ ਲਾਈ ਗਈ ਹੈਗੀ ਇਸ ਤੋਂ ਇਲਾਵਾ ਬਾਲ ਹੈਂਗਿੰਗ ਸੀਟ ਹੈ ਬਾਥਰੂਮ ਦੇ ਅੰਦਰ ਲੱਗੀ ਹੋਈ ਹੈਗੀ ਇਹ ਰੋਸ਼ਨੀ ਵੈਂਟੀਲੇਸ਼ਨ ਲਈ ਬਾਥਰੂਮਾਂ ਦੇ ਅੰਦਰ ਰੋਸ਼ਨਦਾਨ ਦਿੱਤੇ ਗਏ ਹੈਗੇ ਨੇ ਕਾਫੀ ਅੱچھے ਸਟੈਂਡਰਡ ਦੇ ਨਾਲ ਹੈ ਸਾਰੇ ਬਾਥਰੂਮ ਤਿਆਰ ਕੀਤੇ ਗਏ ਹੈਗੇ ਨੇ ਔਰ ਕਾਫੀ ਅੱਚੀ ਇਨਾਂ ਦੇ ਅੰਦਰ ਫਿਟਿੰਗ ਲਾਈ ਗਈ ਹੈਗੀ ਇਹ ਜਿਹਦਾ ਤੁਸੀਂ ਦੇਖ ਹੀ ਸਕਦੇ ਹੈਗੇ ਹੋ ਆਜ ਦੀ ਆਪਸ਼ਨ ਤੁਹਾਡੇ ਲਈ ਬਹੁਤ ਹੀ ਅੱਛੀ ਅੱਸੀ ਲੈ ਕੇ ਆਏ ਹੈਗੇ 100 ਸਕਰ ਯਾਰਡ ਦੀ ਇਹ ਕੋਠੀ 3 ਬੀ ਐਚ ਕੇ ਨਿਊ ਅੰਮ੍ਰਿਤਸਰ ਦੇ ਅੰਦਰ ਲੋਕੇਟਿਡ ਹੈ ਆਓ ਆਪ ਜੀ ਨੂੰ ਬਾਲਕਨੀ ਇਹ ਚੈੱਕ ਕਰਵਾਨੇ ਹੈਗੇ ਆ ਫਰੰਟ ਤੇ ਤੁਸੀਂ ਦੇਖੋ ਇੱਕ ਛੋਟੀ ਬਾਲਕਨੀ ਦਿੱਤੀ ਗਈ ਹੈ ਪ੍ਰੋਪਰ ਇਹਦੇ ਅੰਦਰ ਗਲਾਸ ਦੀ ਰੇਲਿੰਗ ਲਾ ਕੇ ਇਹਨੂੰ ਕਵਰ ਕੀਤਾ ਗਿਆ ਹੈਗਾ ਜੇ ਬਾਹਰ ਦਾ ਤੁਸੀਂ ਥੀ ਵਿਊ ਵੇਖੋ ਕਾਫੀ ਅੱਛੀ ਇਹ ਸੋਸਾਇਟੀ ਦੇ ਅੰਦਰ ਕੋਟੀ ਲੋਕੇਟਿਡ ਹੈਗੀ ਜੇ 45 ਫੁੱਟ ਬਾਹਰ ਰੋਡ ਹੈਗੀ ਹੈ ਪਾਰਕਿੰਗ ਦਾ ਕੋਈ ਇਸ਼ੂ ਆਪ ਜੀ ਨੂੰ ਨਹੀਂ ਆ ਸਕਦਾ ਇਸ ਤੋਂ ਇਲਾਵਾ ਜਿੱਦਾਂ ਅਸੀਂ ਤੁਹਾਨੂੰ ਦੱਸਿਆ ਕਿ ਇਹ ਕਲੋਨੀ ਇੰਪਰੂਵਮੈਂਟ ਟਰਸ ਦੀ 340 ਏਕੜ ਦੇ ਅੰਦਰ ਤਿਆਰ ਕੀਤੀ ਗਈ ਹੈ ਇਹ ਸਰਕਾਰੀ ਕਲੋਨੀ ਹੈ ਇਹਦੇ ਅੰਦਰ ਸਾਰੇ ਡਾਕੂਮੈਂਟ ਆਪ ਜੀ ਨੂੰ ਪੂਰੇ ਵੈਰੀਫਾਈ ਮਿਲਣਗੇ ਕਾਫੀ ਅੱਛੇ ਤਰੀਕੇ ਨਾਲ ਪੂਰੀ ਕੋਟੀ ਤਿਆਰ ਕੀਤੀ ਗਈ ਹੈ ਆਓ ਆਪ ਜੀ ਨੂੰ ਕਾਫੀ ਅੱਛੇ ਵੱਡੇ ਸਾਈਜ਼ ਆ ਆ ਵੀ ਬੈਡਰੂਮ ਹੈਗਾ ਜੇ ਰੋਸ਼ਨੀ ਵੈਂਟੀਲੇਸ਼ਨ ਇਹਦੇ ਅੰਦਰ ਵੀ ਵਿੰਡੋ ਦਿੱਤੀ ਗਈ ਹੈਗੀ ਏ ਤੇ ਇਹ ਫਲੋਰਿੰਗ ਦੇ ਉੱਪਰ ਦੇਖੋਗੇ ਤੇ ਬਹੁਤ ਹੀ ਸੋਨੇ ਆਨੈਕਸ ਮਾਰਬਲ ਦੀ ਸਾਰੀ ਟਾਈਲਾਂ ਲਾਈਆਂ ਗਈਆਂ ਹੈਗੀਆਂ ਨੇ ਡਾਊਨ ਸਿਲਿੰਗ ਦਾ ਕੰਮ ਹੈਗਾ ਕੰਸੀਲ ਲਾਈਟਾਂ ਹੈਗੀਆਂ ਜੇ ਕੋਠੇ ਨੂੰ ਤਿਆਰ ਕਰਦੇ ਵਕ ਜੋ ਲੇਟੈਸਟ ਇੰਟੀਰੀਅਰ ਦੇ ਪ੍ਰੋਜੈਕਟ ਆ ਰਹੇ ਨੇ ਉਹੀ ਸਾਰੇ ਯੂਜ਼ ਕੀਤੇ ਗਏ ਨੇ ਇਸ ਲਈ ਕਾਫੀ ਸੋਹਣੀਏ ਕੋਠੀ ਤਿਆਰ ਹੋ ਕੇ ਆਈ ਹੈਗੀ ਏ ਕਮਰੇ ਦੇ ਅੰਦਰ ਵੀ ਅਲਮਾਰੀ ਬਣਾ ਲਈ ਅਲੱਗ ਤੋਂ ਸਪੇਸ ਆਪ ਜੀ ਨੂੰ ਦਿੱਤੀ ਜਾ ਰਹੀ ਹੈਗੀ ਏ ਕਾਫੀ ਵੱਡੇ ਸਪੇਸ਼ੀਅਸ ਕਮਰੇ ਆਗੇ ਨੇ ਬੜੇ ਆਰਾਮ ਦੇ ਨਾਲ ਡਬਲ ਬੈੱਡ ਸਾਈਡ ਟੇਬਲ ਅਲਮਾਰੀ ਟੀਵੀ ਪੈਨਲ ਔਰ ਸਿਟਿੰਗ ਏਰੀਆ ਤੁਸੀਂ ਬਣਾ ਸਕਦੇ ਹੋ ਕਮਰੇ ਦੇ ਨਾਲ ਹੀ ਅਟੈਚਡ ਡਰੈਸਰ ਦੇ ਦੇ ਔਰ ਬਾਥਰੂਮ ਅਲੱਗ ਤੋਂ ਦਿੱਤਾ ਗਿਆ ਹੈਗਾ ਬਾਥਰੂਮ ਦੇ ਅੰਦਰ ਵੀ ਤੁਸੀਂ ਬੜੇ ਆਰਾਮ ਦੇ ਨਾਲ ਇੱਥੇ ਡਰੈਸਰ ਏਰੀਆ ਚ ਅਲਮਾਰੀਆਂ ਆਪਣੀਆਂ ਬਣਵਾ ਸਕਦੇ ਹੈਗੇ ਹੋ ਕਾਫੀ ਅੱਛੇ ਵੱਡੇ ਇਹ ਬਾਥਰੂਮ ਬਣਾਏ ਗਏ ਨੇ ਅਲੱਗ-ਅਲੱਗ ਥੀਮ ਤੇ ਪੂਰੇ ਬਾਥਰੂਮ ਆਗੇ ਨੇ ਬਹੁਤ ਹੀ ਸੋਹਣੇ ਇਹਨਾਂ ਦੇ ਅੰਦਰ ਫਿਟਿੰਗਸ ਯੂਜ਼ ਕੀਤੀ ਗਈ ਹੈ ਔਰ ਸਾਰੀ ਡਿਜ਼ਾਈਨਰ ਟਾਈਲਾਂ ਵਾਲ ਔਰ ਫਲੋਰ ਤੇ ਲਾਈਆਂ अगर तुम कोई क्वालिटी के प्रोडक्ट लैना चाहते हो और अच्छी क्वालिटी की घर लैना चाहते हो तो साटैक्ट करो साफ़ी अच्छे सारे घर तैयार है रेडी टू मूवेबल सारे कार हैफ़ी अच्छा है है भी डिजाइनर पूरा बाथरूम तैयार किया गया ये अंदर भी पूरी देखोगे डायवेटर फिटिंग लाई गई हैगी है बहुत ही सोहनी वॉल टाइल फ्लोर टाइल लाई गई है इसके अलावा तीस देखोगे रोशनदान भी बाथरूम अंदर दिता गया एयर करॉस वेंटिललेशन हैगा साक्वेस्ट करा कि अगर अच्छी क्वालिटी अच्छी सोसायटी के अंदर अच्छा घर लैना चाहते हो तो प्लीज़ ਪ੍ਰਾਈਸ ਨਾਲ ਕੰਪਰੋਮਾਈਜ਼ ਨਾ ਕਰਿਆ ਕਰੋ ਕਿਉਂਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਨ ਲਈ ਕਾਫੀ ਪੈਸੇ ਲੱਗਦੇ ਨੇ ਤਾਂ ਇਸੇ ਤਰ੍ਹਾਂ ਇਹਨਾਂ ਦੀ ਕੋਸਟਿੰਗ ਥੋੜੀ ਹਾਈ ਆਂਦੀ ਹੈਗੀ ਹੈ ਬਟ ਜਿਹੜੇ ਲੋਕ ਕੁਆਲਿਟੀ ਨੂੰ ਪਸੰਦ ਕਰਦੇ ਨੇ ਸੋਸਾਇਟੀ ਨੂੰ ਪਸੰਦ ਕਰਦੇ ਨੇ ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਲੈਣ ਨੂੰ ਹਮੇਸ਼ਾ ਰੈਡੀ ਰਹਿੰਦੇ ਨੇ ਤੇ ਇਹ ਚੀਜ਼ਾਂ ਸਿਰ ਅਸੀਂ ਉਹਨਾਂ ਲਈ ਹੀ ਲੈ ਕੇ ਆਣੇ ਹੈਗੇ ਆਓ ਆਪ ਜੀ ਨੂੰ ਟਾਪ ਟਰੈਸ ਦੀ ਤਰਫ ਲੈ ਕੇ ਚੱਲਦੇ ਹਾਂ 3 ਫੁੱਟ ਵਾਈਡ ਸਟੇਅਰ ਕੇਸ ਆ ਬਲੈਕ ਗ੍ਰੇਨਾਈਟ ਲਾਇਆ ਗਿਆ ਹੈਗਾ ਕਾਫੀ ਅੱਛੀ ਡਿਟੇਲਿੰਗ ਨਾਲ ਪੂਰਾ ਇਹ ਘਰ ਤਿਆਰ ਕੀਤਾ ਗਿਆ ਹੈਗਾ ਕਾਫੀ ਅੱਛੇ माउटी एरिया के अंदर भी तुम देखो कि थोड़ी स्टोरेज स्पेस आप जी मिल रही हैगी है स्टील का गेट लाया गया रोशनी वेंटीलेशन विंडो दी गई है टॉप टैरस तुम देखो टॉप टैरस से प्रॉपर वाटर प्रूफिंग करके टाइल लाई गई हैगी है डक टेरिया देखो शेड पा के कवर किया गया है प्रोपर क्रॉस वेंटिलेशन किया गया है जी माउंटी एरिया देखो और आसे पास तो आओ आप जी व्यू चैक करवाने काफ़ी अच्छी प्राइम लोकेशन और अच्छी सोसाइटी के अंदर ऑप्शन अभी लैके आए है ਇੰਪਰੂਵਮੈਂਟ ਰੈਜ਼ਿਡੈਂਸੀ ਜਿਹੜੀ ਕਲੋਨੀ ਹੁੰਦੀਆਂ ਉਹਦੇ ਲੇਆਉਟਸ ਕਾਫੀ ਅੱਛੇ ਤਿਆਰ ਕੀਤੇ ਗਏ ਜਾਂਦੇ ਹੈਗੇ ਨੇ ਔਰ ਕਾਫੀ ਅੱਛੇ ਤਰੀਕੇ ਦੇ ਨਾਲ ਸਾਰੀ ਸੋਸਾਇਟੀ ਡਿਵੈਲਪ ਕੀਤੀ ਜਾਂਦੀ ਹੈਗੀਏ ਕਾਫੀ ਅੱਛੀ ਆਪਸ਼ਨ ਤੁਹਾਡੇ ਲਈ ਲੈ ਕੇ ਆਏ ਆਗੇ ਸਾਡੇ ਨਾਲ ਕੰਟੈਕਟ ਕਰੋ ਮੀਟਿੰਗ ਟਾਈਮ ਫਿਕਸ ਕਰੋ ਕੋਟੀ ਵਿਜ਼ਿਟ ਕਰੋ ਇਸੇ ਤਰ੍ਹਾਂ ਕੋਟੀ ਦੇਖਣ ਚਾਹਣ ਤਾਂ ਕੰਟੈਕਟ ਕਰੋ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ